6-7 ਦਿਨਾਂ ਤੋਂ ਨਾ ਲਾਈਟ ਹੈ ਨਹੀਂ, ਸਾਡੇ ਬੱਚੇ, ਸਾਡੇ ਵੱਡੇ ਬਜ਼ੁਰਗ, ਸਾਡੇ ਬਿਮਾਰ, ਹਰ ਇੱਕ ਜਣਾ ਪਰੇਸ਼ਾਨ ਹੈ ਸਾਡੇ ਉਰੇ ਆ ਕੇ। ਤੁਸੀਂ ਦੇਖ ਸਕਦੇ ਹੋ ਕਿ ਵੀ ਕਿੰਨੇ ਲੋਕ ਪਰੇਸ਼ਾਨ ਹੈ, ਸਾਰੇ ਬੱਚੇ ਸਾਡੇ ਪਰੇਸ਼ਾਨ ਹੈ। ਅੱਜ ਅਸੀਂ ਹਾਰ ਕੇ ਜਦੋਂ ਸਾਡੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ, ਅਸੀਂ ਲਗਾਤਾਰ ਇਹਨਾਂ ਨੂੰ ਉਹ ਦੇ ਰਹੇ ਹਾਂ ਕੰਪਲੇਂਟਾਂ, ਜਦੋਂ ਸਾਡੀ ਇਹ ਕੰਪਲੇਂਟਾਂ ਦਾ ਕੋਈ ਹੱਲ ਨਹੀਂ ਕਰ ਰਹੇ। ਅਸੀਂ ਹਾਰ ਕੇ ਇਹ ਧਰਨਾ ਲਾਇਆ ਬਿਜਲੀ ਵਾਲਿਆਂ ਵਾਸਤੇ ਵੀ ਸਾਡੀ ਕਿਉਂ ਨਹੀਂ ਕੋਈ ਸੁਣ ਹੋ ਰਹੀ। ਜਦੋਂ ਉਰੇ ਕੋਈ ਮਰ ਗਿਆ ਉਦੋਂ ਆ ਕੇ ਖੜੇ ਨੇ ਇਹ, ਰੋਜ਼ ਦੇ ਉਰੇ ਨਿੱਤ ਦੇ ਉਹ ਹੋ ਰਹੇ ਹੈਗੇ। ਜਦੋਂ ਵੀ ਦੇਖੋ ਉਦੋਂ ਹੀ ਇਹਨਾਂ ਦੀਆਂ ਤਾਰਾਂ ਸੜ ਜਾਂਦੀਆਂ, ਕਦੇ ਟਰਾਂਸਫਾਰਮ ਉੱਡ ਜਾਂਦੇ ਹੈਗੇ। ਅਸੀਂ ਕਿੰਨੇ ਕੁ ਦਿਨ ਅਕਸਰ ਇਹ ਕਰਦੇ ਰਵਾਂਗੇ, ਸਾਨੂੰ ਇਸ ਚੀਜ਼ ਦਾ ਹੱਲ ਕਰਕੇ ਜਾਣ, ਨਹੀਂ ਤਾਂ ਅਸੀਂ ਧਰਨੇ 'ਤੇ ਹੀ ਬੈਠੇ ਰਵਾਂਗੇ। ਅਸੀਂ ਉਰੋਂ ਉਠਾਂਗੇ ਨਹੀਂ, ਸਾਡੇ ਬੱਚੇ ਵੀ ਬੈਠੇ ਆ ਵਿੱਚ, ਸਾਡੇ ਬਜ਼ੁਰਗ ਨੇ, ਸਾਡੀ ਜਨਾਨੀਆਂ, ਲੇਡੀਜ਼, ਹਰ ਇੱਕ ਮੈਂਬਰ ਕਰਦਾ ਜੀ ਜੀ ਉਰੇ ਬੈਠੇ ਆ ਕੇ ਦੇਖੋ ਸਾਡਾ ਕੀ ਹਾਲ ਹੈਗਾ। ਬੁਰਾ ਹਾਲ ਦੇਖੋ, ਸਾਨੂੰ 4 ਰਾਤਾਂ 4 ਦਿਨ ਹੋ ਗਏ ਜੀ ਸਾਰੇ। ਇਹ ਆਉਂਦੇ ਆ ਰਿਪੇਅਰ ਕਰੇ ਚਲੇ ਜਾਂਦੇ, ਅਸੀਂ ਇਹਨਾਂ ਨੂੰ ਇੱਕੋ ਗੱਲ ਵੀ ਸਾਡਾ ਵੀ ਪੱਕਾ ਹੱਲ ਕਰਕੇ ਦਿਓ। ਅਸੀਂ ਆਪਦੀ ਲੇਬਰ ਖੁਦ ਦਿੰਦੇ ਹਾਂ, ਆਪਦੇ ਬੰਦੇ ਆਪ ਲੱਗਦੇ ਨਾਲ ਵੀ ਚਲੋ ਕੋਈ ਕੰਮ ਮਸਲਾ ਲਓ ਸਾਡਾ ਸਾਰਾ, ਪਰ ਇਹ ਨਹੀਂ ਬਾਜ਼ ਆ ਰਹੇ। MLA ਸਾਹਿਬ ਸਾਡੇ ਗੁਆਂਢ 'ਚ ਹੈ, ਉਹਨਾਂ ਕੋਲ ਜਾਂਦੇ ਹਾਂ, ਕੋਈ ਪਰਵਾਹ ਨਹੀਂ ਉਹਨੂੰ ਕਿ ਸਾਡੇ ਮਹੱਲੇ ਨਾਲ ਕੀ ਹੋਇਆ ਕੋਈ ਨਹੀਂ, ਕੁਛ ਨਹੀਂ ਉਹਨੂੰ। ਅਸੀਂ ਇੱਕ ਟਰਾਂਸਫਰ ਮਨਜ਼ੂਰ ਕਰਾਇਆ, 15 ਦਿਨ ਹੋਏ ਸਾਰਾ। ਜੇਈ ਨਾਲ ਗੱਲ ਹੋਈ, ਜੇਈ ਕਹਿੰਦਾ ਜੀ ਸਾਡੇ ਕੋਲ ਲੇਬਰ ਹੈ ਨਹੀਂ, ਅਤੇ ਅਸੀਂ ਫਿਰ ਜੇਈ ਨੂੰ ਕਿਹਾ ਵੀ ਚਲੋ ਅਸੀਂ ਤੁਹਾਡੇ ਅਫਸਰ ਨੂੰ ਕਹਿ ਦੇਣਾ। ਅਸੀਂ ਐਕਸ਼ਨ ਸਾਹਿਬ ਨੂੰ ਕਿਹਾ, ਐਕਸ਼ਨ ਸਾਹਿਬ ਕਹਿੰਦੇ ਵੀ ਸਾਡਾ ਜੇਈ ਕਰਮ ਕਰਿਆ। ਫਿਰ ਦੁਆਰਾ ਜੇਈ ਨੂੰ ਪੁੱਛਿਆ, ਕਹਿੰਦਾ ਇੱਥੇ ਕਿ ਸਾਡੇ MLA ਸਾਹਿਬ ਨੇ ਬਣਾ ਰੱਖਿਆ ਕਿ ਪ੍ਰਧਾਨ ਮਹਿੰਦਰ ਸਿੰਘ, ਉਹ ਕਹਿੰਦਾ ਮਹਿੰਦਰ ਸਿੰਘ ਕਹੇਗਾ ਤਾਂ ਇੱਥੇ ਕੰਮ ਹੋਏਗਾ। ਧੰਨਵਾਦ, ਆਹ ਤਾਂ ਸਾਡੇ MLA ਦਾ ਹਾਲ ਹੈ ਜੀ। ਅਸੀਂ ਉਹਨਾਂ ਦੇ ਲੋਕਾਂ ਦੇ ਘਰ ਤੁਰੇ ਫਿਰਾਂਗੇ ਸਾਡੇ ਕੰਮ ਕਰਾਉਣ ਵਾਸਤੇ, ਉਹਨਾਂ ਨੂੰ ਦੁੱਖ ਤਕਲੀਫ ਸਾਡੀ ਦਿਖਦੀ ਨਹੀਂ ਕੋਈ। ਸੋ ਅਸੀਂ ਇਹ ਬੇਨਤੀ ਕਰਦੇ ਹਾਂ ਇਹਨਾਂ ਦੇ ਵੀ ਕੰਨ ਖੁੱਲ੍ਹਾ ਪ੍ਰਸ਼ਾਸਨ ਸਾਡਾ ਕੰਮ ਕਰਕੇ ਦੇ, ਜਿਹੜੀ ਟਰਾਂਸਫਰ ਦੀ ਮੰਗ ਹੈ ਸਾਨੂੰ ਇੱਕ ਦੀ ਥਾਂ 2 ਟਰਾਂਸਫਰ ਇੱਥੇ ਲਾਏ ਜਾਣ ਤਾਂ ਕਿ ਸਾਡੀ ਰੋਜ਼ੀ ਰਾਤ ਰਾਤ ਧਰਨੇ 'ਤੇ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ। ਅਸੀਂ ਅੱਜ ਤਾਂ ਇਕੱਲਾ 2 ਘੰਟੇ ਦਾ ਪ੍ਰੋਟੈਸਟ ਹੈ, ਇਹਨਾਂ ਦੇ ਅਫਸਰ ਆਉਣਗੇ, ਉਦੋਂ ਬਾਅਦ ਨਾਲ ਗੱਲਬਾਤ ਕਰਾਂਗੇ, ਜਦੋਂ ਅਫਸਰ ਜਿੱਦਾਂ ਕਹਿਣਗੇ ਉਦੋਂ ਫਿਰ ਉੱਦਾਂ ਦਾ ਪ੍ਰੋਟੈਸਟ ਕਰਾਂਗੇ ਅਸੀਂ। ਸਾਡੇ 6-7 ਦਿਨਾਂ ਤੋਂ ਨਾ ਲਾਈਟ ਹੈ ਨਹੀਂ, ਸਾਡੇ ਬੱਚੇ, ਸਾਡੇ ਵੱਡੇ ਬਜ਼ੁਰਗ, ਸਾਡੇ ਬਿਮਾਰ, ਹਰ ਇੱਕ ਜਣਾ ਪਰੇਸ਼ਾਨ ਹੈ ਸਾਡੇ ਉਰੇ ਆ ਕੇ। ਤੁਸੀਂ ਦੇਖ ਸਕਦੇ ਹੋ ਕਿ ਵੀ ਕਿੰਨੇ ਲੋਕ ਪਰੇਸ਼ਾਨ ਹੈ, ਸਾਰੇ ਬੱਚੇ ਸਾਡੇ ਪਰੇਸ਼ਾਨ ਹੈ। ਅੱਜ ਅਸੀਂ ਹਾਰ ਕੇ ਜਦੋਂ ਸਾਡੀ ਇਹ ਸਮੱਸਿਆ ਨੂੰ ਹੱਲ ਨਹੀਂ ਕੀਤਾ ਜਾ ਰਿਹਾ, ਅਸੀਂ ਲਗਾਤਾਰ ਇਹਨਾਂ ਨੂੰ ਉਹ ਦੇ ਰਹੇ ਹਾਂ ਕੰਪਲੇਂਟਾਂ, ਜਦੋਂ ਸਾਡੀ ਇਹ ਕੰਪਲੇਂਟਾਂ ਦਾ ਕੋਈ ਹੱਲ ਨਹੀਂ ਕਰ ਰਹੇ। ਅਸੀਂ ਹਾਰ ਕੇ ਇਹ ਧਰਨਾ ਲਾਇਆ ਬਿਜਲੀ ਵਾਲਿਆਂ ਵਾਸਤੇ ਵੀ ਸਾਡੀ ਕਿਉਂ ਨਹੀਂ ਕੋਈ ਸੁਣ ਹੋ ਰਹੀ। ਜਦੋਂ ਉਰੇ ਕੋਈ ਮਰ ਗਿਆ ਉਦੋਂ ਆ ਕੇ ਖੜੇ ਨੇ ਇਹ, ਰੋਜ਼ ਦੇ ਉਰੇ ਨਿੱਤ ਦੇ ਉਹ ਹੋ ਰਹੇ ਹੈਗੇ। ਜਦੋਂ ਵੀ ਦੇਖੋ ਉਦੋਂ ਹੀ ਇਹਨਾਂ ਦੀਆਂ ਤਾਰਾਂ ਸੜ ਜਾਂਦੀਆਂ, ਕਦੇ ਟਰਾਂਸਫਾਰਮ ਉੱਡ ਜਾਂਦੇ ਹੈਗੇ। ਅਸੀਂ ਕਿੰਨੇ ਕੁ ਦਿਨ ਅਕਸਰ ਇਹ ਕਰਦੇ ਰਵਾਂਗੇ, ਸਾਨੂੰ ਇਸ ਚੀਜ਼ ਦਾ ਹੱਲ ਕਰਕੇ ਜਾਣ, ਨਹੀਂ ਤਾਂ ਅਸੀਂ ਧਰਨੇ 'ਤੇ ਹੀ ਬੈਠੇ ਰਵਾਂਗੇ। ਅਸੀਂ ਉਰੋਂ ਉਠਾਂਗੇ ਨਹੀਂ, ਸਾਡੇ ਬੱਚੇ ਵੀ ਬੈਠੇ ਆ ਵਿੱਚ, ਸਾਡੇ ਬਜ਼ੁਰਗ ਨੇ, ਸਾਡੀ ਜਨਾਨੀਆਂ, ਲੇਡੀਜ਼, ਹਰ ਇੱਕ ਮੈਂਬਰ ਕਰਦਾ ਜੀ ਜੀ ਉਰੇ ਬੈਠੇ ਆ ਕੇ ਦੇਖੋ ਸਾਡਾ ਕੀ ਹਾਲ ਹੈਗਾ। ਬੁਰਾ ਹਾਲ ਦੇਖੋ, ਸਾਨੂੰ 4 ਰਾਤਾਂ 4 ਦਿਨ ਹੋ ਗਏ ਜੀ ਸਾਰੇ। ਇਹ ਆਉਂਦੇ ਆ ਰਿਪੇਅਰ ਕਰੇ ਚਲੇ ਜਾਂਦੇ, ਅਸੀਂ ਇਹਨਾਂ ਨੂੰ ਇੱਕੋ ਗੱਲ ਵੀ ਸਾਡਾ ਵੀ ਪੱਕਾ ਹੱਲ ਕਰਕੇ ਦਿਓ। ਅਸੀਂ ਆਪਦੀ ਲੇਬਰ ਖੁਦ ਦਿੰਦੇ ਹਾਂ, ਆਪਦੇ ਬੰਦੇ ਆਪ ਲੱਗਦੇ ਨਾਲ ਵੀ ਚਲੋ ਕੋਈ ਕੰਮ ਮਸਲਾ ਲਓ ਸਾਡਾ ਸਾਰਾ, ਪਰ ਇਹ ਨਹੀਂ ਬਾਜ਼ ਆ ਰਹੇ। MLA ਸਾਹਿਬ ਸਾਡੇ ਗੁਆਂਢ 'ਚ ਹੈ, ਉਹਨਾਂ ਕੋਲ ਜਾਂਦੇ ਹਾਂ, ਕੋਈ ਪਰਵਾਹ ਨਹੀਂ ਉਹਨੂੰ ਕਿ ਸਾਡੇ ਮਹੱਲੇ ਨਾਲ ਕੀ ਹੋਇਆ ਕੋਈ ਨਹੀਂ, ਕੁਛ ਨਹੀਂ ਉਹਨੂੰ। ਅਸੀਂ ਇੱਕ ਟਰਾਂਸਫਰ ਮਨਜ਼ੂਰ ਕਰਾਇਆ, 15 ਦਿਨ ਹੋਏ ਸਾਰਾ। ਜੇਈ ਨਾਲ ਗੱਲ ਹੋਈ, ਜੇਈ ਕਹਿੰਦਾ ਜੀ ਸਾਡੇ ਕੋਲ ਲੇਬਰ ਹੈ ਨਹੀਂ, ਅਤੇ ਅਸੀਂ ਫਿਰ ਜੇਈ ਨੂੰ ਕਿਹਾ ਵੀ ਚਲੋ ਅਸੀਂ ਤੁਹਾਡੇ ਅਫਸਰ ਨੂੰ ਕਹਿ ਦੇਣਾ। ਅਸੀਂ ਐਕਸ਼ਨ ਸਾਹਿਬ ਨੂੰ ਕਿਹਾ, ਐਕਸ਼ਨ ਸਾਹਿਬ ਕਹਿੰਦੇ ਵੀ ਸਾਡਾ ਜੇਈ ਕਰਮ ਕਰਿਆ। ਫਿਰ ਦੁਆਰਾ ਜੇਈ ਨੂੰ ਪੁੱਛਿਆ, ਕਹਿੰਦਾ ਇੱਥੇ ਕਿ ਸਾਡੇ MLA ਸਾਹਿਬ ਨੇ ਬਣਾ ਰੱਖਿਆ ਕਿ ਪ੍ਰਧਾਨ ਮਹਿੰਦਰ ਸਿੰਘ, ਉਹ ਕਹਿੰਦਾ ਮਹਿੰਦਰ ਸਿੰਘ ਕਹੇਗਾ ਤਾਂ ਇੱਥੇ ਕੰਮ ਹੋਏਗਾ। ਧੰਨਵਾਦ, ਆਹ ਤਾਂ ਸਾਡੇ MLA ਦਾ ਹਾਲ ਹੈ ਜੀ। ਅਸੀਂ ਉਹਨਾਂ ਦੇ ਲੋਕਾਂ ਦੇ ਘਰ ਤੁਰੇ ਫਿਰਾਂਗੇ ਸਾਡੇ ਕੰਮ ਕਰਾਉਣ ਵਾਸਤੇ, ਉਹਨਾਂ ਨੂੰ ਦੁੱਖ ਤਕਲੀਫ ਸਾਡੀ ਦਿਖਦੀ ਨਹੀਂ ਕੋਈ। ਸੋ ਅਸੀਂ ਇਹਦਾ ਹੀ ਬੇਨਤੀ ਕਰਦੇ ਹਾਂ ਇਹਨਾਂ ਦੇ ਵੀ ਕੰਨ ਖੁੱਲ੍ਹਾ ਪ੍ਰਸ਼ਾਸਨ ਸਾਡਾ ਕੰਮ ਕਰਕੇ ਦੇ, ਜਿਹੜੀ ਟਰਾਂਸਫਰ ਦੀ ਮੰਗ ਹੈ ਸਾਨੂੰ ਇੱਕ ਦੀ ਥਾਂ 2 ਟਰਾਂਸਫਰ ਇੱਥੇ ਲਾਏ ਜਾਣ ਤਾਂ ਕਿ ਸਾਡੀ ਰੋਜ਼ੀ ਰਾਤ ਰਾਤ ਧਰਨੇ 'ਤੇ ਜਦ ਤੱਕ ਸਾਡਾ ਹੱਲ ਨਹੀਂ ਹੁੰਦਾ। ਅਸੀਂ ਅੱਜ ਤਾਂ ਇਕੱਲਾ 2
ਘੰਟੇ ਦਾ ਪ੍ਰੋਟੈਸਟ ਹੈ, ਇਹਨਾਂ ਦੇ ਅਫਸਰ ਆਉਣਗੇ, ਉਦੋਂ ਬਾਅਦ ਗੱਲਬਾਤ ਕਰਾਂਗੇ, ਜਦੋਂ ਅਫਸਰ ਜਿੱਦਾਂ ਕਹਿਣਗੇ ਉਦੋਂ ਫਿਰ ਉੱਦਾਂ ਦਾ ਪ੍ਰੋਟੈਸਟ ਕਰਾਂਗੇ ਅਸੀਂ।